ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਕੀ ਆ? ਮੇਰਾ ਨਾਮ ਬਲਵਿੰਦਰ ਸਿੰਘ ਚੱਠਾ। ਅਤੇ ਤੁਸੀਂ ਕਿਹੜੇ ਗੁਰਦੁਆਰੇ ਤੋਂ ਆਏ ਆ? ਮੈਂ ਵਰਜੀਨੀਆ ਤੋਂ ਆਇਆ ਜੀ। ਉੱਥੋਂ ਇੱਥੇ ਮੈਸਾਚੂਸਿਟਸ ਬੋਸਟਨ ਦੇ ਵਿੱਚ ਸਟੇਟ ਜਿਹੜੀ ਬਿਲਡਿੰਗ ਹੈ ਸਟੇਟ ਵਿੱਚ, ਇਹ ਜੋ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਉਤਸਵ ਦਾ ਸੰਬੰਧੀ ਇਹ ਫੰਕਸ਼ਨ ਹੋ ਰਿਹਾ ਹੈ, ਜਿਹੜਾ ਕਿ ਉਹ ਇੱਥੋਂ ਇੱਕ ਵਰਲਡ ਇਕੁਇਟੀ ਡੇ ਪ੍ਰੋਕਲੇਮੇਸ਼ਨ ਕਰ ਰਹੇ ਨੇ, ਉਸ ਵਿੱਚ ਭਾਗ ਲੈਣ ਆਇਆ ਹਾਂ। ਮੇਰੇ ਨਾਲ ਮੇਰੇ ਸਾਥੀ ਹਨ ਭਾਈ ਨਰਿੰਦਰ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ ਹੁਣੀ TV 84 ਅਤੇ ਹੋਰ ਸਤਵੰਤੇ ਸੱਜਣ ਆਏ ਹੋਏ ਹਨ। ਸੋ ਮੈਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦੀ ਲੱਖ ਲੱਖ ਵਧਾਈ ਦਿੰਦਾ ਹੈ, ਅਤੇ ਨਾਲ ਹੀ ਮੈਂ ਆਪ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਆਏ ਹੋ ਨਿਸ਼ਕਾਮ TV ਵਾਲੇ ਗੁਰਦੁਆਰਾ ਸਾਹਿਬ ਤੋਂ। ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਫਿਰ, ਅੱਜ ਸਾਡਾ ਗੋਲ ਕੀ ਆ? ਗੋਲ ਇਹ ਹੈ ਕਿ ਇੱਥੋਂ ਦੀ ਜਿਹੜੀ ਆ ਅਮੈਰੀਕਨ ਪਬਲਿਕ ਹੈ, ਉਸਨੂੰ ਦੱਸਣਾ ਹੈ ਕਿ ਸਿੱਖ ਧਰਮ ਕੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਜੋ ਉਹਨਾਂ ਨੇ ਸਾਨੂੰ ਦੱਸਿਆ ਹੈ ਇਕੁਐਲਿਟੀ ਦਾ ਰਾਹ, ਸਾਰਿਆਂ ਦਾ ਜਿਹੜਾ ਇਨਸਾਫ ਦਾ ਰਾਹ, ਉਸ ਬਾਰੇ ਦੱਸਣ ਵਾਸਤੇ ਇੱਥੋਂ ਦੀ ਜੋ ਪਬਲਿਕ ਹੈ ਉਸਨੂੰ ਅਵੇਅਰ ਕਰਨ ਵਾਸਤੇ ਅੱਜ ਦਾ ਇਹ ਬੜਾ ਵੱਡਾ ਉਪਰਾਲਾ ਹੈ, ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਧਰਮ ਜੋ ਹੈ ਇੱਕ ਵਿਲੱਖਣ ਧਰਮ ਹੈ, ਔਰ ਸਿੱਖ ਧਰਮ ਸੰਸਾਰ ਦੇ ਵਿੱਚ ਪੰਜਵਾਂ ਧਰਮ ਹੈ, ਔਰ 550 ਸਾਲ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ ਸੀ। ਸੋ ਇਹ ਮੇਨ ਗੋਲ ਹੈ, ਔਰ ਇਹ ਦੱਸਣ ਨੂੰ ਕਿ ਸਿੱਖ ਧਰਮ ਦੇ ਵਿੱਚ ਸਾਰੇ ਹੀ ਇਕੁਅਲ ਹਨ। ਹਾਂਜੀ, ਥੈਂਕ ਯੂ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।